कोई पांच छह पिस सब नू श्री गुरु नानक देव जी के 550वें साल का जिहड़ा असीं ये उत्सव मना रहे हैं, बहुत सारिया ढेर ढेर तुहानू वधाइयां, ढेर ढेर शुभकामना। अज असीं जानदे हां कि महापुरखां का इतिहास विच बहुत सारे महापुरख होए, उन्हां दे जिहड़े उपदेश ने, उन्हां दी जिहड़ी शिक्षा है साडे जीवन विच, उहदा बहुत महत्व हुंदा है। ये ठीक है कि माँ प्यो बालक नू जन्म दिंदा है, बालक जिसले वड्डा हुंदा है तो परिवार की जड़ी शुरुआती शिक्षा है, उस तो बाद साडे गुरुजन सानू शिक्षा दिंदे ने, साडी पढ़ाई और पढ़ाई दे नाल साडे जीवन दे विच कुछ जिम्मेवारियां वध जांदियां ने कि असी अपने जीवन च की करना है, की साड़ा टीचा है। लेकिन खाली सिक्ख्या नाल गल नहीं बनती, जब तक संत महात्मावां दे उन्हां दे नाल रह के, उन्हां दी वाणी सुन के, उन्हां दे उपदेश सुन के, जब तक उस सिक्ख्या दे नाल संस्कार नहीं आउंदे, अच्छियां अच्छे विचार अच्छियां गल्लां साडे जीवन च नहीं आउंदियां, तो साढ़े जीवन दे जो असी करना चाहते असी कभी कर नहीं सकते। खाली 3 R एजुकेशन, रीडिंग, राइटिंग, अर्थमैटिक, ये जीवन नहीं सुधरता। जीवन में सुधारण वास्ते इन्हां संतां दे नाल, इन्हां दी शरण च जाके जब तक असी कोई सिक्ख्या नहीं लवांगे तद तक जीवन सफल नहीं हो सकता। तो मैं आभारी हाँ अपने संत समाज का, सारे देश तो, हरियाणा के अलावा दिल्ली तो, पंजाब तो, राजस्थान तो दूरों दूरों संत आए ने,
ਇਹਨਾਂ ਦਾ ਬਹੁਤ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਕਿ ਇੰਨੇ ਵੱਡੇ ਇਸ ਸਮਾਗਮ ਦੇ ਵਿੱਚ ਆ ਕੇ ਅਤੇ ਸਾਨੂੰ ਸਭ ਨੇ ਸੰਦੇਸ਼ ਦਿੱਤਾ ਹੈ, ਸਾਨੂੰ ਸਭ ਨੂੰ ਉਪਦੇਸ਼ ਦਿੱਤਾ ਹੈ। ਅਸੀਂ ਆਪਣੇ ਇਤਿਹਾਸ ਨੂੰ ਦੇਖੀਏ ਅਤੇ ਜਿਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟੇ ਸਨ, ਉਸ ਵੇਲੇ ਸਾਡੇ ਸਮਾਜ ਦੀ ਹਾਲਤ, ਇਸ ਦੇਸ਼ ਦੇ ਸਮਾਜ ਦੀ ਹਾਲਤ ਬਹੁਤ ਬਦਤਰ ਸੀਗੀ। ਆਪਸ ਦੇ ਵਿੱਚ ਭਾਈਚਾਰਾ ਨਹੀਂ ਸੀਗਾ, ਲੋਕਾਂ ਦਾ ਵਿਸ਼ਵਾਸ ਟੁੱਟਿਆ ਸੀਗਾ। ਕੁਛ ਵਿਦੇਸ਼ੀ ਆਕ੍ਰਾਂਤਾ ਉਹ ਇਸ ਦੇਸ਼ ਨੂੰ, ਇਸ ਦੇਸ਼ ਦੇ ਸਮਾਜ ਨੂੰ ਗੁਲਾਮ ਬਣਾਉਣ ਵਾਸਤੇ ਇੱਕ ਇੱਕ ਕਦਮ ਅੱਗੇ ਵਧਾ ਰਹੇ ਸੀਗੇ। ਲੇਕਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਭਗਤੀ ਰਾਹੀਂ ਸਮਾਜ ਨੂੰ ਕਿਵੇਂ ਜਾਗਰਿਤ ਕੀਤਾ ਜਾਵੇ, ਇਸ ਖਾਸ ਕਰਕੇ ਉੱਤਰ ਭਾਰਤ ਦੇ ਵਿੱਚ ਬਹੁਤ ਵੱਡਾ ਇੱਕ ਸਲੀਕਾ ਕੀਤਾ, ਬਹੁਤ ਵੱਡਾ ਇੱਕ ਭਲਾ ਕੀਤਾ, ਬਹੁਤ ਵੱਡੀ ਲੋਕਾਂ ਦੇ ਜਾਗਰਿਤੀ ਪੈਦਾ ਕੀਤੀ। ਔਰ ਫਿਰ ਜਿਵੇਂ ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਜਿੱਥੇ ਜਾਂਦੇ ਸੀ ਲੋਕਾਂ ਦੇ ਵਿੱਚ ਇੱਕ ਨਵੀਂ ਜਾਗਰਤੀ ਆਉਂਦੀ ਸੀ। ਸਾਰੇ ਦੇਸ਼ ਇਸ ਭ੍ਰਮਣ ਥੇਲੇ ਕੀਤਾ ਅਤੇ ਸਿਰਸਾ ਦੀ ਇਸ ਭੂਮੀ ਦਾ, ਇਹ ਭੂਮੀ ਬੜੀ ਖੁਸ਼ਨਸੀਬ ਹੈ ਕਿ ਇੱਥੇ ਵੀ ਆ ਕੇ ਉਹਨਾਂ ਨੇ ਚਲੀਆ ਆਪਣਾ ਪੂਰਾ ਕੀਤਾ। ਚਲੀਏ ਦਾ ਮਤਲਬ 40 ਦਿਨ, 40 ਦਿਨ ਇੱਥੇ ਆ ਕੇ ਰੁਕੇ, ਔਰ ਜਿਸ ਭੂਮੀ 'ਤੇ ਉਹ ਆ ਕੇ ਰੁਕੇ, ਜਿਸ ਭੂਮੀ ਨੂੰ ਪਵਿੱਤਰ ਕੀਤਾ, ਉੱਥੇ ਅੱਜ ਗੁਰਦੁਆਰਾ ਚਿੱਲਾ ਸਾਹਿਬ ਉੱਥੇ ਹੀ ਸਥਾਪਿਤ ਹੈ। ਬਾਬਾ ਅਜੀਤ ਸਿੰਘ ਜੀ ਪਿਛਲੇ ਦਿਨਾਂ 'ਚ ਮੈਨੂੰ ਮਿਲੇ ਸੀਗੇ ਕਿ ਇਹਨਾਂ ਦੇ ਜਿਸ ਜ਼ਮੀਨ 'ਤੇ ਉਹ ਗੁਰਦੁਆਰਾ ਹੈ ਉਹ ਨਜ਼ੂਲ ਲੈਂਡ ਹੈ, ਅਤੇ ਨਜ਼ੂਲ ਲੈਂਡ ਆਮ ਤੌਰ 'ਤੇ ਸਰਕਾਰ ਦੀ ਜਦਾਦ ਹੁੰਦੀ ਹੈ। ਕਿਉਂ ਨਹੀਂ ਇਹਨੂੰ ਪਰਮਾਨੈਂਟ ਗੁਰਦੁਆਰਾ ਚਿੱਲਾ ਸਾਹਿਬ ਦੇ ਨਾਂ ਕਰਤਾ ਜਾਵੇ? ਮੈਂ ਉਸੇ ਦਿਨ ਉਹਨੂੰ ਕਿਹਾ ਅਸੀਂ ਇਹਨੂੰ ਪੂਰੀ ਕੋਸ਼ਿਸ਼ ਕਰਕੇ ਵਧਾਵਾਂਗੇ। ਔਰ ਮੈਂ ਅੱਜ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਹ ਫਾਈਲ ਬਣ ਗਈ ਹੈ, ਬਾਬਾ ਜੀ ਨੂੰ ਅੱਜ ਦੱਸਤਾ ਹੈ, DC ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈ, ਉਹ ਫਾਈਲ ਅੱਗੇ ਵੱਧ ਕੇ ਅਤੇ ਜਿਹੜੀ ਗਵਰਨਮੈਂਟ ਦੀ ਪਾਲਿਸੀ ਹੁੰਦੀ ਹੈ ਉਸ ਹਿਸਾਬ ਨਾਲ ਅਸੀਂ ਉਹ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂ ਕਰਾ ਦਿਆਂਗੇ। ਅਤੇ ਉੱਥੇ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਬਹੁਤ ਸਾਰੇ ਸੇਵਾ ਦੇ ਸੰਸਥਾਨ ਚੱਲਦੇ ਨੇ, ਉਹ ਸੇਵਾ ਦੇ ਸੰਸਥਾਨ ਅੱਗੇ ਵਧਣ, ਉੱਥੇ ਕਿਸੇ ਤਰ੍ਹਾਂ ਦਾ ਵੀ ਲੋਕ ਭਲਾਈ ਦਾ ਕੰਮ ਅਗਰ ਇਹ ਅੱਗੇ ਵਧਾਉਣਗੇ ਕਰਨਗੇ ਤਾਂ ਸਰਕਾਰ ਉਹਦੇ 'ਚ ਹੀ ਮਦਦ ਕਰੇਗੀ ਤਾਂ ਕਿ ਲੋਕਾਂ ਨੂੰ ਉਹਦਾ ਭਲਾਈ ਦਾ ਫਾਇਦਾ ਮਿਲ ਸਕੇ। ਪਿਛਲੇ 350 ਸਾਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰੋਗਰਾਮ ਹੋਏ ਸੀਗੇ, ਕਰਨਾਲੇ 'ਚ ਹੋਇਆ, ਬਾਅਦ 'ਚ ਉਹਦਾ ਜਿਹੜਾ ਸਮਾਪਨ ਹੈ ਉਹ ਯਮੁਨਾਨਗਰ 'ਚ ਹੋਇਆ। ਉਸ ਵੇਲੇ ਕੁਛ ਗੱਲਾਂ ਅਸੀਂ ਕੁਛ ਮੰਗਾਂ ਮੰਨੀਆਂ ਸੀ ਔਰ ਉਹਨਾਂ ਮੰਗਾਂ ਦੇ ਆਧਾਰ 'ਤੇ ਅਸੀਂ ਕੰਮ ਕਰਨਾ ਸ਼ੁਰੂ ਕੀਤਾ। ਬਹੁਤ ਸਾਰੇ ਕੰਮ ਹੋ ਗਏ ਹੈ ਕਿਉਂਕਿ ਉਸ ਇਲਾਕੇ ਦੇ ਜਿਹੜੇ ਜਿਹੜੇ ਕੰਮ ਆਏ ਸੀਗੇ, ਭਾਵੇਂ ਉਹ ਅੰਬਾਲੇ ਦੇ ਵਿੱਚ ਮਾਤਾ ਗੁਜਰੀ ਦੇ ਨਾਂ 'ਤੇ VLDA ਦਾ ਮਾਮਲਾ ਸੀਗਾ, ਭਾਵੇਂ ਇੱਕ ਸੜਕ ਸੀਗੀ ਮਾਨਵ ਚੌਂਕ ਤੋਂ ਲੈ ਕੇ ਮਾਤਾ ਗੁਜਰ ਕੌਰ ਦੇ ਨਾਂ 'ਤੇ ਅਸੀਂ ਸੜਕ ਦਾ ਨਾਂ ਰੱਖਿਆ, ਚਾਹੇ ਉਹ 350 ਸਾਲਾਂ ਜਿਸ ਵੇਲੇ ਪਟਨਾ ਸਾਹਿਬ ਦਾ ਪ੍ਰੋਗਰਾਮ ਸੀਗਾ ਉਸ ਵੇਲੇ 2 ਗੱਡੀਆਂ ਚਲਾਉਣ ਦੀ ਗੱਲ ਆਈ ਸੀ, ਇੱਕ ਅੰਬਾਲੇ ਤੋਂ ਇੱਕ ਸਿਰਸਾ ਤੋਂ, 2 ਗੱਡੀਆਂ ਅਸੀਂ ਸਪੈਸ਼ਲ ਭੇਜੀਆਂ ਸੀ। ਔਰ ਹੁਣ ਵੀ ਅਸੀਂ ਤੈਅ ਕੀਤਾ ਹੈ ਕਿ ਜਿੰਨੇ ਤੀਰਥ ਸਥਾਨ ਨੇ ਉਹਨਾਂ ਤੀਰਥ ਸਥਾਨਾਂ 'ਤੇ, ਭਾਵੇਂ ਉਹ ਸਿੱਖ ਸਮਾਜ ਦੇ ਤੀਰਥ ਸਥਾਨ ਨੇ, ਹਿੰਦੂ ਸਮਾਜ ਦੇ ਤੀਰਥ ਸਥਾਨ ਨੇ ਜਾਂ ਕਿਸੇ ਹੋਰ ਸਮਾਜ ਦੇ ਤੀਰਥ ਸਥਾਨ ਨੇ, ਉੱਥੇ ਜਿਹੜੇ ਲੋਕ ਜਾਂਦੇ ਹੈ ਉਹਨਾਂ ਨੂੰ 50% ਕਨਸੈਸ਼ਨ ਦੇ ਕੇ ਔਰ ਅਸੀਂ ਭੇਜਦੇ ਹਾਂ ਕਿ ਆਪਣੇ ਤੀਰਥ ਸਥਾਨਾਂ 'ਤੇ ਜਿਹੜੇ ਜਾਣਗੇ ਬਜ਼ੁਰਗਾਂ ਨੂੰ ਖਾਸ ਕਰਕੇ ਛੂਟ ਦਿੰਦੇ ਹਾਂ ਕਿ ਉਹ ਜਾ ਕਰਕੇ ਔਰ ਉਹਨਾਂ ਤੀਰਥਾਂ 'ਤੇ ਜਾ ਕੇ ਔਰ ਰਹਿ ਕੇ ਆਉਣ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਰਾਜਧਾਨੀ ਲੋਹਗੜ੍ਹ ਯਮੁਨਾਨਗਰ ਜ਼ਿਲ੍ਹੇ 'ਚ ਹੈ, ਜਿਸ ਲਈ ਸਾਨੂੰ ਪਤਾ ਲੱਗਾ ਕਿ ਇੱਥੇ ਉਹਨਾਂ ਨੇ ਆਪਣੀ ਰਾਜਧਾਨੀ ਬਣਾਈ ਸੀ ਔਰ ਪਹਿਲਾ ਸਿੱਖ ਰਾਜ ਅਗਰ ਕਾਇਮ ਕੀਤਾ ਸੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੋਂ ਚਲਾਇਆ ਸੀ। ਉੱਥੇ ਬਹੁਤ ਸਾਰੀ ਜ਼ਮੀਨ ਹੈ ਜਿਹੜੇ ਖੰਡਰ ਪਏ ਹੈ, ਅੱਜ ਉੱਥੋਂ ਅਵਸ਼ੇਸ਼ ਮਿਲਦੇ ਆ, ਉਹਨਾਂ ਨੂੰ ਢੂੰਡਿਆ ਹੈ, ਸਾਡੇ ਗੁਰਵਿੰਦਰ ਸਿੰਘ ਜੀ ਉਹਨਾਂ ਦੀ ਟੀਮ ਉਹਦੇ 'ਚ ਲੱਗੀ ਹੋਈ ਹੈ। ਉੱਥੇ ਅਸੀਂ ਇੱਕ ਟਰੱਸਟ ਬਣਾ ਕੇ ਇੱਕ ਸਮਾਰਕ ਬੰਦਾ ਸਿੰਘ ਬਹਾਦਰ ਜੀ ਦੇ ਨਾਂ 'ਤੇ ਇੱਕ ਸਮਾਰਕ ਬਣੇਗਾ ਔਰ ਉੱਥੇ ਜਿੰਨੀਆਂ ਵੀ ਲੜਾਈਆਂ ਸਾਡੀਆਂ ਸਿੱਖ ਗੁਰੂ ਯਾਨੀ ਸਾਡੇ ਸੈਨਾਪਤੀਆਂ ਨੇ ਜਿਹੜੀਆਂ ਕੀਤੀਆਂ ਨੇ ਉਹਨਾਂ ਦੇ ਸ਼ਸਤਰ ਅਸਤਰ ਉਹਨਾਂ ਦਾ ਜਿਹੜਾ ਮਿਊਜ਼ੀਅਮ ਹੈ ਉਹ ਵੀ ਬਣੇਗਾ ਔਰ ਹੋਰ ਇੱਕ ਉੱਥੇ ਮਾਰਸ਼ਲ ਆਰਟ ਦਾ ਇਹ ਸਕੂਲ ਬਣਾਉਣ ਦੀ ਅਸੀਂ ਗੱਲ ਕੀਤੀ ਹੈ। ਉਸ ਟਰੱਸਟ ਦਾ ਫਾਰਮੇਸ਼ਨ ਹੋ ਗਈ ਹੈ, ਹੁਣ ਉਹਦਾ ਕੰਮ ਅੱਗੇ ਉਹ ਸ਼ੁਰੂ ਹੋ ਜਾਏਗਾ। ਬੋਲੇ
ਸੋਨੇ ਹਾਲ ਅਸਨ ਦੇ ਵਿੱਚ ਜਿੱਥੇ ਸਾਡੇ ਬਖਸ਼ਿਸ਼ ਸਿੰਘ ਜੀ ਵਿਰਕ ਵਿਧਾਇਕ ਨੇ, ਇਹਨਾਂ ਨੇ ਕਿਹਾ ਕਿ ਸਾਡਾ ਉੱਥੇ ਕਾਲਜ ਹੈ, ਉਸ ਕਾਲਜ ਦਾ ਨਾਂ ਗੁਰੂ ਪੁੱਤਰਾਂ ਦੇ ਨਾਂ 'ਤੇ ਰੱਖਿਆ ਜਾਵੇ ਅਤੇ ਬਾਬਾ ਫਤਿਹ ਸਿੰਘ ਜੀ ਦੇ ਨਾਂ 'ਤੇ ਉਸ ਕਾਲਜ ਨੂੰ ਬਣਾਇਆ ਗਿਆ ਹੈ। ਕਰਨਾਲ ਦੇ ਵਿੱਚ ਚਿੜਾਵਾ ਮੋੜ, ਉੱਥੇ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਇੱਕ ਦੁਆਰ ਵੀ ਬਣਾਇਆ ਗਿਆ ਹੈ। 7 ਦੁਆਰ ਉੱਥੇ ਬਣਨਗੇ, 1 ਦੁਆਰ ਕਰਨਾਲ ਦੀ ਐਂਟਰੀ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਬਣਾਇਆ। ਅੱਜ ਹੀ ਕੈਥਲ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਕਵੀ ਹੋਏ ਨੇ ਚੂੜਾਮਣੀ, ਉਹਨਾਂ ਦੀ ਪ੍ਰਤਿਮਾ ਦਾ ਅੱਜ ਅਨਾਵਰਣ ਅਸੀਂ ਕੀਤਾ ਹੈ ਤਾਂ ਕਿ ਸਮਾਜ ਦੇ ਜਿਹੜੇ ਅੱਛੇ ਲੋਕ ਨੇ ਉਹਨਾਂ ਦੀ ਯਾਦਗਾਰ, ਉਹਨਾਂ ਦੀ ਅਮਰਤਾ ਇਹ ਬਣੀ ਰਹੇ ਅਤੇ ਅੱਜ ਉਹਨਾਂ ਦਾ ਅਸੀਂ ਇੱਕ ਸਟੈਚੂ ਜਿਹੜਾ ਹੈ ਉਹਨੂੰ ਕੀਤਾ ਹੈ। ਅੱਜ ਵੀ ਕੁਛ ਚੀਜ਼ਾਂ ਆਪਣੇ ਪੂਰਵ ਵਕਤਾਵਾਂ ਨੇ ਇੱਥੇ ਰੱਖੀਆਂ ਵੀ ਨੇ ਔਰ ਕੁਛ ਨੇ ਲਿਖ ਕੇ ਵੀ ਦਿੱਤੀਆਂ ਪਹਿਲਾਂ ਮੈਨੂੰ। ਉਹਦੇ 'ਚ ਜਿਹੜੇ ਕੰਮ 'ਤੇ ਤੁਰੰਤ ਕੀਤੇ ਜਾ ਸਕਦੇ ਹੈ ਉਹ ਮੈਂ ਦੱਸ ਰਿਹਾ, ਜਿਹੜੇ ਕੰਮ ਬਾਅਦ 'ਚ ਜਾ ਕੇ ਫਾਈਲਾਂ ਦੇ 'ਚ ਕਿਉਂਕਿ ਕਲੀਅਰ ਕਰਨੀਆਂ ਪੈਂਦੀਆਂ। ਸਰਕਾਰੀ ਕੰਮ ਘੋਸ਼ਣਾ ਹੋਣ ਤੋਂ ਬਾਅਦ ਰੁਕਣਾ ਨਹੀਂ ਚਾਹੀਦਾ ਅਤੇ ਕਈ ਵਾਰੀ ਕੋਈ ਅੜਚਨ ਆਉਂਦੀ ਹੈ ਤਾਂ ਅੜਚਨ ਨਾ ਆਵੇ, ਇਸ ਕਰਕੇ ਅਸੀਂ ਕੁਛ ਚੀਜ਼ਾਂ ਬਾਅਦ 'ਚ ਕਰਾਂਗੇ। ਪਹਿਲੀ ਗੱਲ ਤਾਂ ਗੱਲ ਆਈ ਕਿ ਪੰਜਾਬੀ ਦੇ ਅਧਿਆਪਕ ਹਰਿਆਣਾ ਦੇ ਵਿੱਚ ਕਾਫੀ ਵੈਕੈਂਸੀਆਂ ਖਾਲੀ ਨੇ। ਅੱਜ ਹੀ ਮੈਂ ਗੱਲ ਕੀਤੀ ਹੈ ਅਤੇ ਉਹਨਾਂ ਨੂੰ ਮੈਨੂੰ ਕਿਹਾ ਹੈ ਕਿ ਹੁਣ ਜਲਦੀ ਅਸੀਂ 400 ਪੰਜਾਬੀ ਦੇ ਟੀਚਰ ਜਿਹਨਾਂ ਦਾ ਵੈਕੈਂਸੀਆਂ ਨੇ ਉਹਨਾਂ ਦੀ ਐਡਵਰਟਾਈਜ਼ਮੈਂਟ ਕੱਢਾਂਗੇ ਔਰ ਹਰਿਆਣਾ ਦੇ ਵਿੱਚ ਪੰਜਾਬੀ ਦੂਜੀ ਭਾਸ਼ਾ ਇਹ ਲਾਗੂ ਰਹੇ ਔਰ 400 ਪੰਜਾਬੀ ਦੇ ਟੀਚਰ ਇਹਨਾਂ ਨੂੰ ਅਸੀਂ ਭਰਤੀ ਕਰਾਂਗੇ ਜਲਦੀ। ਇੱਕ ਗੱਲ ਆਈ ਕਿ ਇੱਕ ਇਹੋ ਜਿਹਾ ਮਿਊਜ਼ੀਅਮ ਹੋਣਾ ਚਾਹੀਦਾ ਜਿੱਥੇ ਸਿੱਖ ਗੁਰੂਆਂ ਨੇ ਜਿਹੜੀਆਂ ਯਾਤਰਾਵਾਂ ਕੀਤੀਆਂ ਨੇ। ਹਰਿਆਣਾ ਦੇ ਵਿੱਚ ਪ੍ਰਾਇ ਸਾਰੇ ਹੀ ਸਿੱਖ ਸੰਤਾਂ ਦਾ, ਸਿੱਖ ਗੁਰੂਆਂ ਦਾ ਇਹ ਭ੍ਰਮਣ ਹੋਇਆ ਹੈ ਔਰ ਕੁਰਕਸ਼ੇਤਰ ਇਹੋ ਜਿਹਾ ਸਥਾਨ ਹੈ ਜਿੱਥੇ 8 ਗੁਰੂ ਮਹਾਰਾਜ ਜਿਹੜੇ ਨੇ ਗੁਰੂਆਂ ਦੀ ਯਾਤਰਾ ਉੱਥੇ ਹੋ ਕੇ ਉੱਥੇ ਉਹਨਾਂ ਦਾ ਆਗਮਨ ਹੋਇਆ 8 ਗੁਰੂਆਂ ਦਾ। ਇਹੋ ਜਿਹਾ ਸਥਾਨ ਸ਼ਾਇਦ ਹਰਿਆਣਾ 'ਚ ਹੋਰ ਕੋਈ ਨਹੀਂ ਹੈ। ਅਸੀਂ ਇਹ ਤੈਅ ਕੀਤਾ ਹੈ ਕਿ ਕੁਰਕਸ਼ੇਤਰ ਵਿਖੇ ਸਿੱਖ ਮਿਊਜ਼ੀਅਮ ਬਣਾਇਆ ਜਾਏਗਾ ਜਿੱਥੇ ਇਹਨਾਂ ਸਭ ਯਾਤਰਾਵਾਂ ਦਾ, ਇਤਿਹਾਸ ਦਾ, ਸਾਹਿਤਯ ਦਾ, ਗੁਰੂਆਂ ਦੇ ਬਲੀਦਾਨ ਦਾ, ਸਾਰੇ ਜਿਹੜੇ ਉਸ ਸਾਹਿਤਯ ਦਾ ਉੱਥੇ ਉਸ ਮਿਊਜ਼ੀਅਮ ਦੇ ਵਿੱਚ ਉਹ ਸਾਰਾ ਸਥਾਨ ਬਣਾ ਕੇ ਔਰ ਲੋਕਾਂ ਵਾਸਤੇ ਇੱਕ ਪ੍ਰੇਰਣਾ ਦੀ ਜਗ੍ਹਾ ਉਹ ਬਣੇਗੀ, ਇਹ ਅਸੀਂ ਕੁਰਕਸ਼ੇਤਰ ਬਣਾਵਾਂਗੇ। ਕੇਂਦਰ ਸਰਕਾਰ ਨੇ ਇੱਕ ਰਾਜਮਾਰਗ ਦੀ ਘੋਸ਼ਣਾ ਕੀਤੀ ਹੈ ਜਿਹੜੇ ਪੰਜਾਬ ਤੋਂ ਔਰ ਨਾਂਦੇੜ ਸਾਹਿਬ ਉਹ ਰਾਜਮਾਰਗ ਜਾਏਗਾ। ਉਹ ਰਾਜਮਾਰਗ ਹਰਿਆਣਾ 'ਚੋਂ ਵੀ ਹੋ ਕੇ ਨਿਕਲੇਗਾ, ਇੱਧਰੋਂ ਹੀ ਸਿਰਸਾ ਜ਼ਿਲ੍ਹੇ ਤੋਂ ਹੀ ਕਿਤੋਂ ਹੈ, ਅਸੀਂ ਪੰਜਾਬ ਬਾਰਡਰ ਤੋਂ ਲੈ ਕੇ ਔਰ ਹਰਿਆਣਾ ਰਾਜਸਥਾਨ ਦਾ ਜਿਹੜਾ ਬਾਰਡਰ ਹੈ, ਜਿਹੜੀ ਹਰਿਆਣਾ ਦੇ ਅੰਦਰ ਸੜਕ ਹੈ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਉਹ ਸੜਕ ਹੈ, ਉਹਦੇ ਅਜੇ ਸਾਈਨ ਬੋਰਡ ਨਹੀਂ ਲੱਗੇ, ਉਹ ਸਾਈਨ ਬੋਰਡ ਵੀ ਸਾਰੇ ਉਹ ਬਹੁਤ ਜਲਦੀ ਲਗਵਾ ਦਿੱਤੇ ਜਾਣਗੇ। ਇਸੇ ਤਰ੍ਹਾਂ ਗੁਰਦੁਆਰਾ ਚੱਲਾ ਸਾਹਿਬ ਦੀ ਗੱਲ ਮੈਂ ਪਹਿਲਾਂ ਦੱਸਤੀ ਹੈ ਕਿ ਉੱਥੇ ਉਹ ਜ਼ਮੀਨ ਨਜ਼ੂਲ ਲੈਂਡ ਹੈ ਔਰ ਬਹੁਤ ਪਹਿਲਾਂ ਤੋਂ ਇਹਨਾਂ ਦੀ ਫਾਈਲ ਚੱਲ ਰਹੀ ਹੈ, ਕਿਸੇ ਨੇ ਧਿਆਨ ਨਹੀਂ ਦਿੱਤਾ, ਅਸੀਂ ਉਹ ਕਲੀਅਰ ਕਰਾ ਕੇ ਔਰ ਜਿਹੜੀ ਗਵਰਨਮੈਂਟ ਦੀ ਪੋਲਿਸੀ ਉਸ ਹਿਸਾਬ ਨਾਲ ਅਲਾਟ ਕਰ ਦੇਵਾਂਗੇ। ਉਹ 70 ਕਨਾਲ ਜ਼ਮੀਨ ਹੈ, ਲਗਭਗ 10 ਏਕੜ ਦੀ ਜ਼ਮੀਨ ਹੈ, 10 ਏਕੜ ਤੋਂ 10 ਏਕੜ ਜ਼ਮੀਨ ਗੁਰਦੁਆਰੇ ਦੇ ਨਾਂ ਹੋ ਜਾਏਗੀ। ਮੈਂ ਆਪਣੇ ਬਾਬਾ ਜੀ ਨੂੰ ਕਿਹਾ, ਬਾਬਾ ਜੀਤ ਸਿੰਘ ਜੀ ਨੂੰ, ਕਿ ਜਿੰਨਾ ਜਗ੍ਹਾ ਗੁਰਦੁਆਰੇ ਸਾਹਿਬ ਵਾਸਤੇ ਜਿੰਨੀ ਜ਼ਰੂਰਤ ਹੈ ਉਹ ਤਾਂ ਉੱਥੇ ਰੱਖਣ ਔਰ ਬਾਕੀ ਜਗ੍ਹਾ ਜਿਹੜੀ ਹੈ ਉੱਥੇ ਕੋਈ ਨਾ ਕੋਈ ਸਮਾਜ ਸੇਵਾ ਦੇ ਪ੍ਰੋਜੈਕਟ ਪ੍ਰਕਲਪ ਖੜ੍ਹੇ ਕਰਨ। ਇੱਕ ਸਕੂਲ ਵੀ ਉੱਥੇ ਚੱਲਦਾ ਹੈ, ਹੋਰ ਵੀ ਜੋ ਕੁਝ ਪ੍ਰਕਲਪ ਖੜ੍ਹੇ ਕਰਨਗੇ ਉਹਦਾ ਵਾਸਤੇ ਸਰਕਾਰ ਦੀ ਜਿੰਨੀ ਸਹਾਇਤਾ 'ਚ ਲੋੜ ਹੋਏਗੀ ਉਹ ਇਹਨਾਂ ਨੂੰ ਪੂਰੀ ਪੂਰੀ ਅਸੀਂ ਕਰਕੇ ਦਿਆਂਗੇ। ਅੱਜ ਬਹੁਤ ਸਾਰੀਆਂ ਜਗ੍ਹਾ ਤੋਂ ਇੱਕ ਡਿਮਾਂਡ ਆਈ ਹੈ ਕਿ ਸਾਡੇ ਉੱਥੇ ਕਿਸੇ ਜਗ੍ਹਾ ਗੁਰਦੁਆਰੇ ਵਾਸਤੇ, ਕਿਸੇ ਜਗ੍ਹਾ ਧਰਮਸ਼ਾਲਾ ਵਾਸਤੇ ਜਗ੍ਹਾ ਦੀ ਲੋੜ ਹੈ। ਬਾਕੀ ਜਗ੍ਹਾ 'ਤੇ ਪਤਾ ਕਰਾਵਾਂਗੇ, ਲੇਕਿਨ ਸਿਰਸਾ ਵਾਸਤੇ ਮੈਂ DC ਸਾਹਿਬ ਨੂੰ ਕਹਿਤਾ ਹੈ ਕਿ ਕੋਈ ਇੱਕ ਸਰਕਾਰੀ ਲੈਂਡ, ਭਾਵੇਂ ਉਹ ਕਾਰਪੋਰੇਸ਼ਨ ਦੀ ਹੋਵੇ, ਹੁੱਡਾ ਦੀ ਹੋਵੇ ਜਾਂ ਕਿਸੇ ਹੋਰ ਡਿਪਾਰਟਮੈਂਟ ਦੀ ਹੋਵੇ, ਉਹ ਇੱਕ ਵਾਰੀ ਢੂੰਡ ਦੇਖ ਕੇ ਔਰ ਕੋਈ 1 ਏਕੜ ਜਗ੍ਹਾ, 1 ਏਕੜ ਜਾਂ ਥੋੜ੍ਹੀ ਘੱਟ ਜ਼ਿਆਦਾ ਵੀ ਹੋਵੇ, ਲੇਕਿਨ ਜਿਹੜੀ ਸੇਫ ਜਗ੍ਹਾ ਹੈ, ਝਗੜੇ ਦੀ ਨਹੀਂ ਹੈ, ਉਹ 1 ਏਕੜ ਢੂੰਡ ਕੇ ਦੱਸ ਦੇਣ ਤਾਂ ਕਿ ਉਹਨੂੰ ਵੀ ਅਸੀਂ ਜਿਹੜਾ ਪੋਲਿਸੀ ਹੁੰਦੀ ਉਸ ਹਿਸਾਬ ਨਾਲ ਉਹ ਅਲੋਟ ਕਰ ਸਕੀਏ ਤਾਂ ਕਿ ਸਿੱਖ ਸਮਾਜ ਵਾਸਤੇ ਇੱਕ ਧਰਮਸ਼ਾਲਾ ਸਿਰਸਾ ਵਿਖੇ ਉਹ ਬਣਾਈ ਜਾ ਸਕੇ। ਇਹਨੀਆਂ ਸਾਰੀਆਂ ਮੰਗਾਂ ਤੋਂ ਬਾਅਦ ਮੇਰਾ ਇੰਨਾ ਹੀ ਕਹਿਣਾ ਹੈ ਕਿ ਸਰਕਾਰ ਦਾ ਖਜ਼ਾਨਾ ਖਾਲੀ ਸਿੱਖ ਸਮਾਜ ਵਾਸਤੇ ਨਹੀਂ, ਸਭ ਵਾਸਤੇ ਖੁੱਲ੍ਹਾ ਹੈ, ਕਿਉਂਕਿ ਉਹ ਖਜ਼ਾਨੇ ਦੇ ਮਾਲਕ ਮੈਂ ਸਮਝਣਾ ਸਰਕਾਰ ਨਹੀਂ ਹੈ, ਉਹ ਜਨਤਾ ਹੈ।
ਅਗਰ ਠੀਕ ਕੰਮ ਹੈ ਤਾਂ ਉਸ ਖਜ਼ਾਨੇ ਨੂੰ ਅਸੀਂ ਜਨਤਾ ਵਾਸਤੇ ਲਾਉਣਾ ਹੁੰਦਾ ਹੈ। ਉਹ ਸਾਡਾ ਕੋਈ ਨੇਤਾ ਕੋਈ ਅਧਿਕਾਰੀ ਉਹਦੇ 'ਚੋਂ ਕੋਈ ਟਾਕਾ ਲਾ ਕੇ ਆਪਣੇ ਵਾਸਤੇ ਯੂਜ਼ ਕਰੇਗਾ, ਇਹ ਹਰਿਆਣਾ 'ਚ ਹੁਣ ਬੈਨ ਹੋ ਗਿਆ ਹੈ। ਹੁਣ ਤਾਂ ਜਨਤਾ ਵਾਸਤੇ ਸਾਰੀ ਚੀਜ਼ ਹੈ। ਤੁਸੀਂ ਕਦੇ ਵੀ ਕੋਈ ਵੀ ਮੰਗ ਕਰੋਗੇ ਔਰ ਉਹ ਮੰਗ ਠੀਕ ਹੋਣੀ ਚਾਹੀਦੀ, ਉਹਨੂੰ ਸਭ ਨੂੰ ਪੂਰੀ ਕਰਾਵਾਂਗੇ। ਕਿਸੇ ਤਰ੍ਹਾਂ ਦੀ ਕੋਈ ਖਾਲੀ ਇੱਕ ਸਮਾਜ ਵਾਸਤੇ ਨਹੀਂ, ਸਭ ਸਮਾਜਾਂ ਵਾਸਤੇ ਅਸੀਂ ਸਾਰੇ ਕੰਮ ਕਰ ਰਹੇ ਹਾਂ ਔਰ ਇਹਨਾਂ ਕੰਮਾਂ ਨੂੰ ਕਰਦਿਆਂ ਹੋਇਆ ਸਾਨੂੰ ਵੀ ਖੁਸ਼ੀ ਹੁੰਦੀ ਹੈ ਔਰ ਸਮਾਜ ਦੇ ਕੰਮ ਆਏਗੀ ਅਤੇ ਸਮਾਜ ਦੇ ਵਿੱਚ ਇੱਕ ਅੱਛਾ ਭਾਵ ਫੈਲੇਗਾ, ਇਹ ਮੈਂ ਮੰਨਣਾ।